ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਦੀ ਜਿਨ੍ਹਾਂ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਪੁਲਿਸ ਨੇ ਜਾਰੀ ਕੀਤਾ ਲੁੱਕਆਊਟ ਨੋਟਿਸ, ਦੇਸ਼ ਛੱਡ ਕੇ ਨਹੀਂ ਜਾ ਸਕਦੇ ਦੋਵੇਂ ਗਾਇਕ। ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ। ਪੁਲਿਸ ਨੇ ਜਾਰੀ ਕੀਤਾ ਇਹ ਨੋਟਿਸ, ਦੇਸ਼ ਛੱਡ ਕੇ ਇਹ ਦੋਵੇਂ ਗਾਇਕ ਬਾਹਰ ਨਹੀਂ ਜਾ ਸਕਦੇ। ਵਿਵਾਦਤ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਨੇ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ। ਇੱਕ ਵਾਰ ਫਿਰ ਤੋਂ ਮੁਸ਼ਕਿਲਾਂ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ। ਪੁਲਿਸ ਨੇ ਇਹਨਾਂ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ, ਭੜਕਾਊ ਗੀਤਾਂ ਨੂੰ ਲੈ ਕੇ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਸੰਗਰੂਰ ਦੇ ਵਿੱਚ ਇਹਨਾਂ ਦਾ ਸਟੇਜ ਸ਼ੋਅ ਹੋਇਆ ਸੀ, ਜਿਸ ਦੌਰਾਨ ਵੀ ਇਹ ਸੁਰਖੀਆਂ ਦੇ ਵਿੱਚ ਬਣੇ ਹੋਏ ਸਨ, ਕਿਉਂਕਿ ਭਾਰੀ ਭੀੜ ਇਹਨਾਂ ਦੇ ਸ਼ੋਅ ਦੇ ਵਿੱਚ ਦੇਖੀ ਜਾਂਦੀ ਹੈ। ਭੜਕਾਊ ਗੀਤ ਉੱਥੇ ਵੀ ਗਾਇਆ ਗਿਆ ਸੀ, ਔਰ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਫਿਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਵੱਡੀ ਖਬਰ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਨੇ। ਮਨਕੀਰਤ ਔਲਖ ਦੇ ਖਿਲਾਫ ਵੀ ਜਿਹੜਾ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ। ਵੱਡੀ ਖਬਰ ਇਸ ਵਕਤ ਤੁਹਾਨੂੰ ਦੱਸ ਰਹੇ ਹਾਂ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਦਿਖਾਈ ਦੇ ਰਹੇ ਨੇ, ਲਗਾਤਾਰ ਵਿਵਾਦਾਂ ਦੇ ਵਿੱਚ ਚੱਲਦੇ ਹੋਏ ਦਿਖਾਈ ਦੇ ਰਹੇ ਨੇ। ਲੁੱਕਆਊਟ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ, ਦੋਵੇਂ ਗਾਇਕ ਦੇਸ਼ ਛੱਡ ਕੇ ਨਹੀਂ ਜਾ ਸਕਦੇ ਵਿਦੇਸ਼। ਪੰਜਾਬ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਲੁੱਕਆਊਟ ਨੋਟਿਸ। ਮਨਕੀਰਤ ਔਲਖ ਦੇ ਖਿਲਾਫ ਵੀ ਇਹ ਸਰਕੂਲਰ ਜਾਰੀ ਹੋਇਆ। ਦੋਨੋਂ ਗਾਇਕਾਂ ਦੀਆਂ ਵਧੀਆਂ ਹੋਈਆਂ ਮੁਸ਼ਕਿਲਾਂ ਲੱਗ ਰਹੀਆਂ ਨੇ। ਮਨਕੀਰਤ ਔਲਖ ਤੇ ਸਿੱਧੂ ਮੂਸੇਵਾਲਾ ਲਗਾਤਾਰ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਭੜਕਾਊ ਗਾਣਿਆਂ ਨੂੰ ਲੈ ਕੇ। ਸਾਡੇ ਸਹਿਯੋਗੀ ਬਾਂਸਰ ਤੋਂ ਅਮਰਜੀਤ ਸਿੰਘ ਇਸ ਸਮੇਂ ਫੋਨ ਲਾਈਨ ਤੇ ਮੌਜੂਦ ਨੇ। ਅਮਰਜੀਤ, ਪੁੱਛਣਾ ਚਾਹਾਂਗੇ ਕੀ ਮਾਮਲਾ, ਆਖਿਰਕਾਰ ਕਿਉਂ ਇਹ ਲੁੱਕਆਊਟ ਨੋਟਿਸ ਜਿਹੜਾ ਦੋਵੇਂ ਗਾਇਕਾਂ ਦੇ ਖਿਲਾਫ ਜਾਰੀ ਕੀਤਾ ਗਿਆ? ਬਿਲਕੁਲ ਮਨਪ੍ਰੀਤ, ਦੱਸਣਾ ਚਾਹਾਂਗਾ, ਸਿੱਧੂ ਮੂਸੇਵਾਲਾ ਅਕਸਰ ਪਹਿਲਾਂ ਤੋਂ ਵਿਵਾਦਾਂ ਦੇ ਵਿੱਚ ਘਿਰੇ ਹੋਏ ਹੈਗੇ ਨੇਗੇ ਤੇ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆਇਆ ਸੀਗਾ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਦੇ ਖਿਲਾਫ ਮਾਨਸਾ ਪੁਲਿਸ ਸਦਰ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਪੱਖੀਆਂ ਪੱਖੀਆਂ ਗੀਤ ਦੇ ਉੱਪਰ ਜਿਹੜੀ ਟਿੱਪਣੀ ਹੋਈ ਸੀ ਤੇ ਉਹ ਵਿਵਾਦਾਂ ਦੇ ਵਿੱਚ ਕਾਫੀ ਜਿਹੜਾ ਆਇਆ ਸੀਗਾ, ਜਿਸ ਤੋਂ ਬਾਅਦ ਹੁਣ ਲੁੱਕਆਊਟ ਸਰਕੂਲਰ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਹੈਗਾ, ਜਿਸ ਨੂੰ ਲੈ ਕੇ ਕਾਫੀ ਜਿਹੜਾ ਵਿਵਾਦ ਦੁਬਾਰਾ ਜਿਹੜਾ ਭਖਦਾ ਨਜ਼ਰ ਆਇਆ ਹੈਗਾ ਤੇ ਹੁਣ ਸੂਤਰਾਂ ਦੇ ਹਵਾਲੇ ਤੋਂ ਵੀ ਪਤਾ ਲੱਗਿਆ ਹੈਗਾ ਕਿ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਦੇ ਜਿਹੜੇ ਬਾਹਰਲੇ ਜਿਹੜੇ ਵਿਦੇਸ਼ਾਂ ਦੇ ਵਿੱਚ ਸੋਜ ਲੱਗਣੇ ਸੀ ਉਸਨੂੰ ਦੇਖਦੇ ਹੋਏ ਜਿਹੜਾ ਇਹ ਨੋਟਿਸ ਜਾਰੀ ਕੀਤਾ ਗਿਆ ਹੈਗਾ ਅਤੇ ਇਹ ਵੀ ਪਤਾ ਲੱਗਿਆ ਹੈਗਾ ਕਿ ਜੀ ਅਮਰਜੀਤ 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 ਰੋਕਣਾ ਚਾਹਾਂਗੇ, ਪੰਜਾਬੀ ਪ੍ਰੇਮੀ ਪੰਡਿਤ ਰਾਉਤ ਨੇ ਇਸ ਵਾਰ ਇਸ ਸਮੇਂ ਫੋਨ ਲਾਈਨ ਤੇ ਮੌਜੂਦ ਨੇ। ਪੰਡਿਤ ਜੀ, ਪੁੱਛਣਾ ਚਾਹਾਂਗੇ, ਲੁੱਕਆਊਟ ਜਿਹੜਾ ਸਰਕੂਲਰ ਹੈ ਜਾਰੀ ਕੀਤਾ ਗਿਆ ਦੋ ਪੰਜਾਬੀ ਗਾਇਕਾਂ ਦੇ ਖਿਲਾਫ, ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਦੇ ਖਿਲਾਫ, ਮਾਨਸਾ ਤੋਂ ਸਾਡੇ ਸਹਿਯੋਗੀ ਅਮਰਜੀਤ ਸਿੰਘ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਨਾਲ। ਅਮਰਜੀਤ, ਪੁੱਛਣਾ ਚਾਹਾਂਗੇ ਜਿਹੜਾ ਸਰਕੂਲਰ ਜਿਹੜਾ ਜਾਰੀ ਕੀਤਾ ਗਿਆ ਉਸ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਚਾਹਾਂਗੇ, ਆਖਿਰਕਾਰ ਪੂਰਾ ਮਾਮਲਾ ਕੀ ਹੈ, ਇੱਕ ਵਾਰ ਫਿਰ ਤੋਂ ਵਿਸਥਾਰ ਦੇ ਵਿੱਚ ਜਾਣਕਾਰੀ ਲੈਣਾ ਚਾਹਾਂਗੇ। ਬਿਲਕੁਲ ਮਨਪ੍ਰੀਤ, ਇਹ ਪੱਖੀਆਂ ਪੱਖੀਆਂ ਗਾਣੇ ਨੂੰ ਲੈ ਕੇ ਜਿਹੜਾ ਵਿਵਾਦ ਛਿੜਿਆ ਸੀਗਾ ਤੇ ਉਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ ਮਾਨਸਾ ਸਦਰ ਪੁਲਿਸ ਵੱਲੋਂ, ਜਿਸ ਤੋਂ ਬਾਅਦ ਕਾਫੀ ਜਿਹੜਾ ਇਹ ਵਿਵਾਦਾਂ ਦੇ ਵਿੱਚ ਘਿਰੇ ਤੇ ਉਸ ਤੋਂ ਬਾਅਦ ਹੁਣ ਸਰਕੂਲਰ ਲੁੱਕਆਊਟ ਸਰਕੂਲਰ ਨੋਟਿਸ ਜਿਹੜਾ ਜਾਰੀ ਕੀਤਾ ਗਿਆ ਹੈਗਾ, ਇਸਦੇ ਵਿੱਚ ਜਿਹੜਾ ਗਾਇਕ ਹੈਗੇ ਨੇ ਇਹ ਆਪਣਾ ਜਿਹੜਾ ਏਰੀਆ ਛੱਡ ਕੇ ਵਿਦੇਸ਼ ਦੇ ਵਿੱਚ ਨਹੀਂ ਜਾ ਸਕਣਗੇ। ਜੀ ਜੀ ਅਮਰਜੀਤ, ਇੱਕ ਵਾਰ ਫਿਰ ਤੋਂ ਤੁਹਾਨੂੰ ਰੋਕਣਾ ਚਾਹਾਂਗੀ, ਪੰਜਾਬੀ ਪ੍ਰੇਮੀ ਪੰਡਿਤ ਰਾਓ ਧਨੇਸ਼ ਪਰ ਇਸ ਸਮੇਂ ਫੋਨ ਲਾਈਨ ਤੇ ਮੌਜੂਦ ਨੇ। ਪੰਡਿਤ ਜੀ, ਪੁੱਛਣਾ ਚਾਹਾਂਗੀ, ਦੋ ਪੰਜਾਬੀ ਗਾਇਕਾਂ ਦੇ ਖਿਲਾਫ ਲੁੱਕਆਊਟ ਜਿਹੜਾ ਸਰਕੂਲਰ ਹੈ ਜਾਰੀ ਕਰ ਦਿੱਤਾ ਗਿਆ ਹੈ, ਮਨਕੀਰਤ ਔਲਖ ਤੇ ਸਿੱਧੂ ਮੂਸੇਵਾਲਾ, ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ? ਜੀ ਬਿਲਕੁਲ, ਜੀ ਬਿਲਕੁਲ, ਪਵਿੱਤਰ ਪੰਜਾਬੀ ਭਾਸ਼ਾ ਅੱਜ ਮਾਂ ਬੋਲੀ, ਪੰਜਾਬੀ ਮਾਂ ਬੋਲੀ, ਸਾਰੇ ਮਾਂ ਬੋਲੀ ਦੀ ਇੱਕ ਦਿਹਾੜਾ ਹੈ, ਇਹ ਪਵਿੱਤਰ ਦਿਨ ਹੈ। ਇਸ ਪਵਿੱਤਰ ਪੰਜਾਬੀ ਭਾਸ਼ਾ ਦੇ ਵਿੱਚ ਲੱਚਰ ਸ਼ਰਾਬੀ ਹਥਿਆਰੀ ਗਾਣਾ ਬਣਾ ਕੇ ਇਸ ਪਵਿੱਤਰ ਨੂੰ ਕਲੰਕਿਤ ਕਰਨ ਵਾਲੇ ਦੇ ਖਿਲਾਫ਼ ਲੁੱਕਆਊਟ ਨੋਟਿਸ ਕੱਢਣਾ ਬਹੁਤ ਲਾਜ਼ਮੀ ਸੀ, ਔਰ ਤੁਸੀਂ ਆ ਕੇ ਦੇਖਦੇ ਰਹੋ
इस पवित्र भाषा नु कलंक करने वाले जेल जाएंगे पक्की गल है जी। किस तरह की कार्रवाई होनी चाहिए पंडित जी? बिल्कुल कार्रवाई होने की लोड है, क्योंकि मान लो पंजाब हरियाणा हाईकोर्ट ने सख्त कार्रवाई करने लिए पहले ही किया है जी। क्योंकि क्योंकि लच्चर शराबी हाचारी गाने साडे सभ्याचार बिल्कुल नहीं है, फिर भी ये लोग मन मर्जी गाना बना के उत्साहित कर देने भड़काऊ गाना गा के जी, जी, जी। जो गैर कानूनी है इन्हे खिलाफ कार्रवाई होर होंगे जी। तनेरवर जी गलबात करने लिए धन्यवाद। इस पंजाबी प्रेमी पंडित राव तनेरवर जिन्होंने गलबात की और कहा कि कार्रवाई जरूर होनी चाहिए, लगातार आवाज बुलंद करते ने भड़काऊ गाने और लच्चरता जिहड़ी पंजाबी सभ्याचार दे विच जिहड़ी देखण नूं मिल रही है, गायकी दे विच देखण नूं मिल रही है, लगातार इसे दे उत्ते ही गलबात करते रहिंदे ने, इंसाफ की मांग करते ने। वड्डा मामला सुरखियां दे विच साढ़े सहयोगी अमरजीत इस समय फोन लाइन से मौजूद ने। अमरजीत पूछना चाहवांगे लुकआउट जिहड़ा सर्कूलर जारी हो चुका है इन्हां दोवां गायकां दे खिलाफ, किस तरह की हुण कार्रवाई की जाएगी, कोई अगे रिएक्शन आया है कोई गायका दे वल्लों, कोई अगे कोई रिएक्शन दिता गया या कोई अगे पुलिस दे वल्लों किस तरह की जानकारी दी गई है, किस तरह की कार्रवाई नूं अंजाम दे विच लिआंदा जा सकदा है? मनप्रीत देखो पहलां तो भी समाज सेवी संस्थावां होण चाहे आम सिख कोई जथेबंदियां होण उहनां वल्लों मुद्दे उठाए गए ने कि जिहड़े भी गायक कोई लच्चरता दे नूं जिहड़ा बढ़ावा दिंदा जां हथियारां नूं दिंदा उसदे खिलाफ जिहड़ी कार्रवाई जी होनी चाहिए तो सख्त तो सख्त जो कानून बनना चाहिए। हूँ जरा इन के खिलाफ जोड़ा लुक आउट सर्कूलर जोड़ा नोट्स जारी कर दिया गया गा, जिसके तहत जी कार्रवाई की जाऊगी। तो दूजे पासे पुलिस प्रशासन कुछ भी जोड़ा कहने का इनकार कर रहा है, यह आने वाला समा दसेगा कि किस तरह की जी कार्रवाई जी सामने आऊगी जी। जी जानकारी देने धन्यवाद। इस मानसा तो साढ़े सहयोगी अमरजीत सिंह जी ने जानकारी दी कि मानसा पुलिस दे वल्लों दोनों पंजाबी गायकां सिद्धू मूसेवाला ते मनकीरत औलख दे खिलाफ लुकआउट सर्कुलर जारी कर दिता गया। पंजाब पुलिस दे वल्लों जारी किया गया, मुश्किलां वधदियां हुई दिखाई दे सकदियां ने। सिद्धू मूसेवाला पहला ही विवादां दे विच घिरे होए ने, लुधियाने दे विच भी पेशी होई ते हुण बाद विच जदों इन्हां ने संगरूर दे विच इक वड्डा जिहड़ा अखाड़ा कीता शो कीता उस दौरान भी सुरखियां दे विच बड़े होए सन। बिना इजाजत ये दोनों पंजाबी गायक मुल्क छड़ के नहीं जा सकते, वड्डा मामला सुरखियां दे विच इक वार फिर तो पंजाबी गायक मनकीरत औलख से सिद्धू मूसेवाला दिखाई दे रहे। सिद्धू मूसेवाले दी मुश्किलां मनकीरत औलख का भी नाम इस बार शामिल है। पंजाब पुलिस ने लुकआउट सर्कुलर जारी किया, दोनों के खिलाफ वड्डी कार्रवाई हो सकती है आने वाले दिनों में। भड़काऊ गाणियां नूं लैके जिहड़ा नोटिस जारी किया गया, लगातार शिकायतां आ रही सन भड़काऊ गाने नूं लैके, गायकी दे विच लचरता नूं लैके लगातार जिहड़ी है हाईकोर्ट के आदेशों के मुताबिक कार्रवाई जिहड़ी है की जा रही है। दूजे पासे पंजाबी गायकी दे विच लचरता नूं लैके पंडित राव तनेरवर लगातार